ਕਾਲਜ ਵਿੱਚ ਇੱਥੇ ਦਾ ਨਹੀਂ ਪਰ ਮੈਟ੍ਰਿਕ ਕਿੱਥੇ ਦਾ ਲਓ ਜੀ ਅਸੀਂ ਦਰਬਾਰ ਤੇ ਬੈਠੇ ਆ ਜਨਾਬ ਮੀਰ ਫਰਾਸਤ ਦੇ ਦਰਬਾਰ ਤੇ ਇਹ ਦੋਸਤ ਉਹਨਾਂ ਦੇ ਨੇ ਲੇਕਿਨ ਮੈਂ ਵੀ ਜਾਣਦਾ ਹੀ ਹੋ ਸਕਦਾ ਜਾਂ ਇਹ ਮੈਨੂੰ ਜਾਣਦੇ ਨੇ ਤੁਸੀਂ ਦੇਖੋ ਪਰਵੇਸ਼ ਸਾਹਿਬ ਦਾ ਨਾਮ ਭੁੱਲਦੇ ਹੋ ਨਾ ਤੁਸੀਂ ਕੇਰ ਯਾਦ ਕੇ ਰੜਾ ਹੈ ਸਾਹਿਬ ਸਾਹਿਬ ਜੀ ਸਹੀ ਹਾਂਜੀ ਜੀ ਸਾਹਿਬ ਹੈ ਸ਼ਾਹ ਸਾਹਿਬ ਨੇ ਜੀ ਭੁੱਲੇ ਕਿਆ ਤੁਸੀਂ ਕਹਿੰਦੇ ਸੀ ਐਕਚੁਅਲੀ ਮਰੀ ਮਰੀ ਛੁੱਟੀਆਂ ਦੇ ਅਸਾਂ ਗਰਮੀਆਂ 'ਚ ਸਰਦੀਆਂ 'ਚ ਇਹਨਾਂ ਦਾ ਨਾਮ ਮੁਹੰਮਦ ਆਰਫ ਹੈ ਦੋਵੇਂ ਨੇ ਉਹਨਾਂ ਦਾ ਨਾਮ ਮੁਹੰਮਦ ਸਿਆਜ਼ ਹੈ ਉਹਨਾਂ ਦਾ ਨਾਮ ਮੁਹੰਮਦ ਕਫੀਲ ਹੈ ਕਫੀਲ ਉਹਨਾਂ ਦਾ ਨਾਮ ਮੁਹੰਮਦ ਜ਼ਰੀਫ ਹੈ ਇਹ ਜ਼ਰੀਫ ਸਾਹਿਬ ਨੇ ਜਨਾਬ ਉਹ ਪੀਆ ਤਾਂ ਜਾਣਦਾ ਹੀ ਹੋ ਸੀ ਜਾਂ ਜਾਣਦੇ ਸਹੀ ਸਹੀ ਐ ਮਰੂਫ ਡਾਰ ਸਾਹਿਬ ਨੂੰ ਮੁਹੰਮਦ ਇਹਨਾਂ ਨੂੰ ਕੌਣ ਜਾਣਦਾ ਹੈ ਇਹ ਕੌਣ ਨਹੀਂ ਨਾ ਸਾਬਰ ਸਾਹਿਬ ਇਹ ਸਾਡੀ ਬੇ ਦੇ ਪੋਤਰੇ ਨੇ ਹਾਂਜੀ ਇਹ ਸਾਡੀ ਬੇ ਦੇ ਪੋਤਰੇ ਨੇ ਸਾਡੀ ਨਾਨੀ ਦੇ ਠੀਕ ਹੈ ਠੀਕ ਇਹਨਾਂ ਦੀ ਜਿਹੜੀ ਦਾਦੀ ਸੀ ਨਾ ਦਾਦੀ ਦੀ ਨਾਨੀ ਦੀ ਕਜ਼ਨ ਨੂੰ ਲੱਗਦੀ ਸੀ ਕਰਾਮਤ ਬਣਾਉਂਦੇ ਬੱਚਿਆਂ ਨੂੰ ਕਰਾਮਤ ਹੁਸੈਨ ਸਾਹਿਬ ਕਰਾਮਤ ਹੁਸੈਨ ਸਾਹਿਬ ਇਹ ਪਰਵੇਜ ਮਾਮੂ ਸਾਡੂ ਵੀ ਗਲੀ ਨਾ ਮੰਡੀ ਮਹੱਲੇ ਰਹਿੰਦੇ ਨੇ ਅੱਜ ਕੱਲ੍ਹ ਅੱਛਾ ਇਸਲਾਮੀਆ ਕਰੂੰਗਾ ਇਹਨਾਂ ਨੂੰ ਤਾਂ ਕੋਈ ਵੀ ਨਹੀਂ ਜਾਣਦਾ ਇਹ ਰੁੜਦੂ ਦੇ ਭਰਾ ਹਾਂ ਹਾਂ ਅੱਛਾ ਅੰਕਲ ਅੱਛਾ ਨਹੀਂ ਨਹੀਂ ਮੇਰੀਆਂ ਪਈਆਂ ਉੱਥੇ ਨਾਲ ਉਹ ਪਿੱਛੇ ਸਾੜਦੇ ਪਿੱਛੇ ਇਹਨਾਂ ਨੂੰ ਤਾਂ ਕੋਈ ਵੀ ਨਹੀਂ ਪਛਾਣਦਾ ਉਸ ਸਾਡੇ ਫੈਮਿਲੀ 'ਚੋਂ ਉਹ ਉਧਰ ਰੱਖਿਆ ਉਹਨੂੰ ਯਾਦ ਨਹੀਂ ਰਹਿੰਦੀ ਤਾਂ ਰੱਖੀਆਂ ਸਰਾਣਾ ਮੁਹੰਮਦ ਅਸਲਮ ਬਾਲਦਾ ਬੜਾ ਮੈਂ ਨਹੀਂ ਮੈਂ ਯਾਦ ਕਰ ਲੋ ਯਾਦ ਆਸੇ ਅੱਛਾ ਮੰਡੀ ਬੜੀ ਗੱਲ ਹੈ ਜੀ ਠੀਕ ਨਜ਼ਰ ਆਉਂਦੀ ਹੈ ਠੀਕ ਹੋਣਾ ਤੇ ਨਦੀਮ ਸਾਹਿਬ ਜੀ ਨਦੀਮ ਮੰਡੀ ਮਲਾ ਆਪਣੇ ਆਪ ਚਾਰਜ ਹੋ ਜਾਂਦੀਆਂ ਤੁਸੀਂ ਨਾਲ ਜਾ ਕੇ ਮੈਂ ਕਾਲਜ ਹੀ ਲੈ ਲਿਆ ਹਾਂ ਤੁਸੀਂ ਗਰੁੱਪ ਵਿੱਚ ਸੂਤ ਸ਼ਾਹ ਹੈ ਤੁਸੀਂ ਇਹ ਮੇਰੇ ਦੀ ਹੈ ਸੀਨੀਅਰ ਸਰ ਤੁਸੀਂ ਬਾਅਦ ਜਿਵੇਂ ਪਤਨੀ ਨਹੀਂ ਮੈਂ ਪ੍ਰਾਇਮਰੀ ਉੱਧਰੋਂ ਕੀਤੀ ਇੱਕ ਤਰੀਲੇ ਦੀ ਤੁਹਾਡੇ ਦਾਦਾ ਜਾਨ ਉੱਥੇ ਰਹੇ ਨੇ ਗਰਮਾਲਾ ਉਸ ਟਾਈਮ ਮੇਰੇ ਵਾਲਦ ਦਾਦਾ ਜਾਨ ਹੈ ਉਸ ਵਾਲ ਅਸੀਂ ਪਹਿਲੀ ਦੇ ਕਲਾਸ ਫੈਲੋ ਹੈ ਬੈਠੇ ਕਫੀਲ ਡਾਰ ਸਾਹਿਬ ਇਹ ਕਤਰੀਲੇ ਹੈ ਅਸੀਂ ਛੇਵੀਂ ਨਵਾਂ ਸਾਲ ਆ ਗਿਆ 2024 ਉਹ ਕਿੱਥੇ ਆ ਗਿਆ ਹੁਣ ਤੇ 24 ਆ ਗਿਆ ਹੁਣ ਤੇ ਆ ਜਾ ਸ਼ਦਾਦੇ ਕਿਸੇ ਵੇਲੇ ਮੈਂ ਆਪਣਾ ਨਾਮ ਭੁੱਲ ਗਿਆ ਮੈਨੂੰ 45 ਸਾਲ ਹੋ ਗਏ ਉਮਰ ਫਰੂਕ ਨੂੰ ਵੀ ਕੋਈ ਲਾਈਨ ਚ ਲਾਇਆ ਪਾਉਣਾ
ਉਮਰ ਫਰੂਕ ਉਹਦੇ ਮੈਸੇ ਕੇ ਉਹ ਸਗਰਾ ਬਰਾ ਸ਼ਾਹ ਦਾ ਮਸਲਾ ਉਹਨਾਂ ਦਾ ਉਹ ਜਨਾਜ਼ਾ ਪੜ ਗਿਆ ਆਏ ਪਿਛਲੇ ਦਿਨ ਅੱਛਾ ਉਹ ਜਨਾਜ਼ਾ ਪੜਨ ਗਏ ਨਜ਼ੀਰ ਕ੍ਰੇਸ਼ੀ ਅੱਛਾ ਕ੍ਰੈਨੀਆ ਹਾਂ ਉਹ ਉਹਦੇ ਗਲੀ ਜੰਦਰ ਦਾ ਉਹ ਜਬਾ ਕ੍ਰੇਸ਼ੀ ਨਜ਼ੀਰ ਆ ਬਹੁਤ ਹੋ ਗਏ ਜਿਹੜੇ ਕ੍ਰੇਸ਼ੀ ਦਾ ਬਹੁਤ ਹੋ ਰਿਹਾ ਕ੍ਰੇਸ਼ੀ ਨਜ਼ੀਰ ਨਾ ਲਓ ਨਾ ਕ੍ਰੇਸ਼ੀ ਨਜ਼ੀਰ ਉਹ ਤੁਸੀਂ ਆਪਾਂ ਗੱਲ ਕਰੋ ਨਕਾਲੇ ਵਾਲਾ ਬੰਦਾ ਉਹ ਸਹੀ ਹੈ ਇਹਨਾਂ ਨੂੰ ਦੱਸੋ ਜੀ ਇਹਨਾਂ ਨੂੰ ਸਾਡੀ ਗੱਲ ਆ ਰਹੀ ਹੈ ਉਹਨਾਂ ਦੇ ਮਹੱਲੇ ਦੇ ਨਾ ਦੇ ਮਹੱਲੇ ਦੇ ਹੋਣ ਜਾਂ ਉਹਨਾਂ ਦੇ ਮਹੱਲੇ ਅਸਲਾਮ ਅਲੈਕਮ ਕੋਣ ਉਹ ਨਦੀਮ ਹੈ ਉਹ ਜਿਹੜਾ ਕ੍ਰੇਸ਼ੀ ਕ੍ਰੇਸ਼ੀ ਨਜ਼ੀਰ ਨਹੀਂ ਸੀ ਹੁੰਦਾ ਦੁਕਾਨਦਾਰ ਡਾਕਟਰ ਅਖਤਰ ਦਾ ਸਾਹਮਣੇ ਮੀਰ ਅਸਲਮ ਦਾ ਭਰਾ ਅਕਰਮ ਦਾ ਜਿਹੜਾ ਤੁਹਾਡੇ ਕੋਲ ਯੂਕੇ ਹੈ ਉਹਦਾ ਬੇਟੇ ਦਾ ਜਿਹੜਾ ਅੱਜ ਹੀ ਮਨਜ਼ੂਰ ਸੀ ਅੱਜ ਹੀ ਅੱਜ ਕਰ ਕਰਦੇ ਹਾਂ ਤੁਹਾਡੇ ਮਹੱਲੇ ਦੇ ਸਨ ਬਿਲਕੁਲ ਬਿਲਕੁਲ ਨਜ਼ੀਰ ਸਾਹਿਬ ਵੀ ਤੁਹਾਡੇ ਮਹੱਲੇ ਦੇ ਹੀ ਫਾਟਕ ਦੇ ਵੀ ਲਾਈ ਰੱਖੀ ਹੈਲੋ ਜਿਹੜਾ ਸ਼ਬੀਰ ਸੀ ਨਾ ਸਾਡਾ ਵੱਡਾ ਭਰਾ ਆ ਜਿਹੜਾ ਸਾਡਾ ਵੱਡਾ ਭਰਾ ਸ਼ਬੀਰ ਆ ਉਸ ਤੋਂ ਬਾਅਦ ਬਸ਼ਾਰਤ ਆ ਜਿਹੜਾ ਸਪੇਨ ਗਿਆ ਬਣਾਈਆਂ ਜੀ ਉਸ ਤੋਂ ਬਾਅਦ ਆਜੀ ਉਸ ਤੋਂ ਬਾਅਦ ਸ਼ਕੀਲ ਫਿਰ ਸਗੀਰ ਪੰਜ ਭਰਾ ਤੇ ਨਾਲ ਉਹ ਜਿਹੜਾ ਉਹ ਆਉਂਦੇ ਆ ਡੱਡੂ ਕਣਾਕਣਾ ਉਹ ਜਿਹੜਾ ਨਾ ਉਹਨੂੰ ਸ਼ਕੀਲ ਕਸਾਈ ਦੀ ਭੈਣ ਹੀ ਉਹਦਾ ਘਰ ਉਹ ਭਰਾ ਦੀ ਫਜ਼ਲ ਲਾਈ ਦਾ ਭਰਾ ਆ ਯਾਰੇ ਤਾਂ ਮਸ਼ਹੂਰ ਹੈ ਯਾਰ ਡੱਡੂ ਕਣਾ ਕਣਾ ਮੈਂ ਕਿਹਾ ਕਿਉਂ ਇਹਦੇ ਛੱਪੜੇ ਜਿਵੇਂ ਲਾ ਰਿਹਾ ਡੱਡੂ ਕਣਾ ਕਣਾ ਕਰਦਾ ਮੈਂ ਮੋਬਾਈਲ ਦੇ ਦਾ ਮੋਬਾਈਲ ਨਹੀਂ ਪਾਉਂਦਾ ਬੜੀ ਬਾਤ ਕਰਦਾ ਪਰ ਕੀਲੇ ਨੇ ਤਾਂ ਇੱਥੇ ਨਹੀਂ ਕੀਲੇ ਨੇ ਉੱਥੇ ਉਸ ਦੁਕਾਨ ਦੇ ਕੰਮ ਹੀ ਨਹੀਂ ਕੀਤਾ ਇੱਥੇ ਪਹਿਲਾਂ ਸ਼ਬੀਰ ਨੇ ਪਹਿਲਾਂ ਦੁਕਾਨ ਪਾਈ ਹੈ ਉਸ ਤੋਂ ਬਾਅਦ ਸ਼ਕੀਲੇ ਨੂੰ ਲਿਆਉਂਦਾ ਕਦੋਂ ਦੇ ਦੇਖ ਦੇਖ ਕੇ ਮੈਂ ਕਿਹਾ ਜਮੀਲ ਹੁੰਦਾ ਜਮੀਲ ਅਸਲਮ ਦੇ ਦੋ ਭਰਾ ਅਸਲਮ ਹੀ ਬਹੁਤ ਦੁਕਾਨ ਕੱਪਾਂ ਦੇ ਪੱਕੀ ਦੁਕਾਨ ਉਹਦਾ ਨਾਮ ਮੁਹੰਮਦ ਬਖਸ਼ ਹੈ ਨਾ ਉਹ ਨਹੀਂ ਉਹ ਬੜਾ ਭਗਵਾਨ ਹੈ ਆਪਣੇ ਕੋਲ ਕੱਲਾ ਬੰਦਾ ਜਾਨਵਰ ਸਾੜੇ ਹੁੰਦਾ ਵੱਡਾ ਜਾਨਵਰ ਉਹਨੇ ਸੱਟਣਾ ਨਾ ਕੱਲੇ ਨੇ ਉਹ ਤਾਂ ਸ਼ਕੀਲਾ ਵੀ ਸੱਟ ਲੈਂਦਾ ਸੀ ਪਸਲੀ ਇੱਕ ਪਸਲੀ ਦਾ ਬੰਦਾ ਸੀ ਨਹੀਂ ਉਹ ਦੂਸਰੇ ਤਰੀਕੇ ਬੰਨ ਕੇ ਸੱਟਦੇ ਹੈ ਨਾ ਉਹ ਆਉਂ ਗਲੇ ਚ ਆਉਂ ਪਾਉਂਦਾ ਹੈ ਸੱਟ ਕਈ ਦਫ਼ਾ ਉਹਨਾਂ ਦੇ ਦੁੱਧ ਨਵਾਸਾ ਹੈ ਨਾ ਉਹ ਇਹ ਮੇਰੇ ਤਿੰਨ ਭਾਈ ਸਣੇ ਵੀ ਇੱਕ ਫੋਤ ਹੋ ਗਏ ਨੇ ਵੱਡਾ ਅੱਛਾ
ਅੱਛਾ ਜਨਾਜ਼ਾ ਪੜ ਕੇ ਆਏ ਨੇ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਜੀ ਕੀ ਹਾਲ ਹੈ ਠੀਕ ਹੋ ਜਨਾਬ ਖਾਲਸ ਠੀਕ ਠਾਕ ਕਿਸੇ ਪਰਸੇ ਦਾ ਨਾ ਆਏ ਮੈਂ ਅੱਛੀ ਬੜੇ ਆਪਣੇ ਸਾਹਮਣੇ ਲੇਟ ਹੋ ਗਿਆ ਬਿਜਲੀ ਬੰਦ ਹੀ ਨਾ ਸਮਝਿਆ ਵੀ ਬੰਦੇ ਪੂਰੇ ਹੋਏ ਨਾ ਹਰ ਜਗ੍ਹਾ ਦੀ ਆਪਣੀ ਇਹ ਜਨਾਬ ਭੱਟ ਸਾਹਿਬ ਆਏ ਨੇ ਮੰਮੀ ਆਂਦਾ ਇਹ ਚਿਹਰਾ ਮੇਰਾ ਹੁੰਦਾ ਜਿਹੜੇ ਜਾਣੇ ਪਛਾੜਿਆ ਲੱਗਦਾ ਉਹ ਸਿੱਧਾ ਤਾਂ ਮਲਕਾ ਤੇ ਹੈ ਕੋਡਾਂ ਦੇ ਜਨਾਜ਼ਾ ਨਹੀਂ ਹੁੰਦੇ ਅਸੀਂ ਗਏ ਕਦੇ ਨਹੀਂ ਐ ਤਾਂ ਕੋਈ ਐ ਤਸਵੀਰ ਹੈ ਉਹਨਾਂ ਦੀ ਮਾਸਟਰ ਮਨੀਰ ਸਾਹਿਬ ਦੀ ਸਮਝ ਗਏ ਨਾ ਆ ਜਾਓ ਜੀ ਫਿਰ ਆ ਜਾਓ ਇਹ ਤਾਂ ਨਹੀਂ ਤਾਂ ਛੋਟਾ ਭਾਈ ਕਹਿੰਦੇ ਨੇ ਜੀ ਉਹ ਹੈ ਬੜਾ ਠੰਡ ਕੰਮ ਕਰ ਗਿਆ ਫਿਰ ਮੈਂ ਲੈ ਲਿਆ ਇਹ ਫੱਫੇ ਕੁੱਟਣ ਬੇਬੇ ਆ ਗਈ ਤੇ ਸਾਡੇ ਸਭ ਤੋਂ ਪਿਆਰੇ ਦੋਸਤ ਕੇ ਨਾਮ ਤੁਹਾਡਾ ਨਦੀਮ ਸ਼ੁਗਰ ਦਾ ਨਾਂ ਤੇ ਨਾਲ ਅਸੀਂ ਆਪ ਆ ਰਹੇ ਸਨ ਆ ਤੁਹਾਡੇ ਯਾਰ
میر فراز سے علی کے گھر پہ ہیں جی, ان کے دوست احباب اکٹھے ہوئے ہیں, ماشاء اللہ 20-25 آدمی آئے جی. اب حلوا آ گیا ہے, اللهم صل على محمد وعلى آل محمد. باجی اللہ تعالی صحت و سلامتی نال رکھے سر, بڑی خوشی ہوئی, بڑی مدد, اللہ تعالی خوش رکھے سب نو, یادگار ملامات نے جی, انشاءاللہ زندگی رہی تو پھر ملیں گے, دعاواں چ یاد رکھو بس.